ਸਤਿ ਸ਼੍ਰੀ ਅਕਾਲ ਕਲਿਆਣ ਟੀ ਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਡੀ ਜੀ ਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅਤੇ ਇਸੇ ਦਰਮਿਆਨ ਹੀ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਕਾਸੋ ਓਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਕਿ 7 ਮੁਕੱਦਮੇ ਦਰਜ ਹੋਏ ਨੇ ਤਾਂ ਵੱਖ ਵੱਖ ਮਾਮਲਿਆਂ ਦੇ ਵਿੱਚ 134 ਗ੍ਰਾਮ ਹੈਰੋਇਨ 7 ਕਿਲੋ ਪੱਪੀ ਹਸਕ ਅਤੇ ਇਸ ਦੇ ਨਾਲ 11,000 ਰੁਪਏ ਦੀ ਡਰੱਗ ਮਨੀ ਅਤੇ 150 ਲੀਟਰ ਲਾਣ ਬਰਾਮਦ ਕੀਤੀ ਗਈ ਹੈ। ਵੱਖੋ ਵੱਖਰੀਆਂ ਥਾਵਾਂ 'ਤੇ ਪੁਲਿਸ ਨੇ ਨਾਕੇ ਲਾਏ ਨੇ। ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਿਹੜੀਆਂ ਹੌਟਸਪੋਟ ਥਾਵਾਂ ਨੇ ਉੱਥੇ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਇਸੇ ਦਰਮਿਆਨ ਦੱਸ ਦਈਏ ਕਿ 2 PO ਗ੍ਰਿਫਤਾਰ ਕੀਤੇ ਗਏ ਨੇ ਤਾਂ ਇਸੇ ਨੂੰ ਲੈ ਕੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ SP ਸਿਟੀ ਨਰਿੰਦਰ ਸਿੰਘ ਦੇ ਵੱਲੋਂ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੁਲਿਸ ਜਿਹੜੀ ਇਸ ਵੇਲੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਮਾਨਯੋਗ DGP ਸਾਹਿਬ ਦੇ ਹੁਕਮਾਂ ਦੇ ਉੱਪਰ SSP ਸਾਹਿਬ ਬਠਿੰਡਾ ਦੇ ਅਗਵਾਈ ਦੇ ਵਿੱਚ ਕੱਲ੍ਹ ਬਠਿੰਡਾ ਪੁਲਿਸ ਵੱਲੋਂ ਕੈਸ ਓਪਰੇਸ਼ਨ ਚਲਾਇਆ ਗਿਆ ਸੀਗਾ। ਇਸ ਕੈਸ ਓਪਰੇਸ਼ਨ ਦੇ ਵਿੱਚ ਕੁੱਲ ਜਿਹੜੇ 7 ਮੁਕੱਦਮੇ ਜਿਹੜੇ ਹੈਗੇ ਦਰਜ ਰਜਿਸਟਰ ਕੀਤੇ ਗਏ ਆ, ਜਿਸ ਦੇ ਵਿੱਚ 134 ਗ੍ਰਾਮ ਹੈਰੋਇਨ, 4 ਕਿਲੋ ਪੱਪੀ ਹਸਕ, 11,000 ਦੀ ਡਰੱਗ ਮਨੀ ਅਤੇ 150 ਲੀਟਰ ਜਿਹੜੀ ਲਾਣ ਬਰਾਮਦ ਕੀਤੀ ਗਈ ਅਤੇ ਨਾਲ ਹੀ ਇੱਕ ਜਿਹੜਾ ਹੈ ਪੁਲਿਸ ਮੋਟਰਸਾਈਕਲ ਦੇ ਨਾਲ ਬਰਾਮਦ ਕੀਤਾ ਗਿਆ। ਇਸ ਕੈਸ ਓਪਰੇਸ਼ਨ ਦੇ ਵਿੱਚ ਅਲੱਗ ਅਲੱਗ ਜਗ੍ਹਾ ਜਿੱਦਾਂ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਸ਼ਿਫਟਿੰਗ ਨਾਕਾਬੰਦੀ, ਜਿਹੜੇ ਡਰੱਗਸ ਦੇ ਜਾਂ ਅਦਰ ਕ੍ਰਾਈਮ ਦੇ ਹੌਟਸਪੋਟਸ ਨੇ ਉਹਨਾਂ ਦੇ ਚੈਕਿੰਗ ਕੀਤੀ ਗਈ, ਰੇਡਸ ਕੀਤੀਆਂ ਗਈਆਂ। ਸੋ ਉਸ ਰੇਡਸ ਦੇ ਦੌਰਾਨ ਇਹ 7 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਨੇ ਅਤੇ ਨਾਲ ਹੀ 2 ਜਿਹੜੇ PO ਹੈਗੇ ਆ ਥਾਣਾ ਕੈਂਟ ਦੇ ਵਿੱਚ ਗ੍ਰਿਫਤਾਰ ਕੀਤੇ ਗਏ। ਡੈਫੀਨੇਟਲੀ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਆਪਰੇਸ਼ਨ, ਕਿਉਂਕਿ ਫੈਸਟੀਵਲ ਸੀਜ਼ਨ ਆ ਰਿਹਾ ਅਤੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਖ ਵੱਖ ਤਰ੍ਹਾਂ ਦੇ ਜਿਹੜੇ ਸਰਚ ਆਪਰੇਸ਼ਨ ਅਤੇ ਸ਼ਿਫਟਿੰਗ ਨਾਕਾਬੰਦੀ ਜਿਹੜੀ ਹੁੰਦੀ ਹੈ ਇਨ ਫਿਊਚਰ ਜਿਹੜੀ ਹੈਗੀ ਕੰਟੀਨਿਊ। ਤਿਉਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਸਪੈਸ਼ਲ ਚੈਕਿੰਗ ਪ੍ਰੋਗਰਾਮ ਜਿਹੜਾ ਹੈਗਾ ਬਠਿੰਡਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ, ਜਿਸ ਦੇ ਵਿੱਚ ਜਿਹੜੇ ਭੀੜਭਾੜ ਏਰੀਆ ਨੇ ਉਹਨਾਂ ਦੀ ਫੁੱਟ ਪੈਟਰੋਲਿੰਗ, ਉਸ ਤੋਂ ਇਲਾਵਾ ਸਪੈਸ਼ਲ ਟਾਈਮ ਦੇ ਉੱਪਰ ਨਾਕਾਬੰਦੀ, ਮੋਰਨਿੰਗ ਨਾਕਾਬੰਦੀ, ਈਵਨਿੰਗ ਨਾਕਾਬੰਦੀ, ਪੈਟਰੋਲਿੰਗ ਜਿਹੜੀ ਹੈਗੀ ਹੈ ਉਹ ਚਲਾਈ ਜਾ ਰਹੀ ਹੈ ਅਤੇ ਨਾਲ ਹੀ ਵੱਖ ਵੱਖ ਜਿਹੜੇ ਹੋਟਲ, ਢਾਬੇ, ਸਰਾਵਾਂ, ਉਹਨਾਂ ਦੀ ਚੈਕਿੰਗ ਆਪਰੇਸ਼ਨ ਸਾਡੇ ਵੱਲੋਂ ਚਲਾਇਆ ਜਾ ਰਿਹਾ। ਕੱਲ੍ਹ ਜੀ ਸਾਡਾ ਜਿਹੜਾ ਕੋਆਰਡੀਨੈਂਸ ਸਰਚ ਆਪਰੇਸ਼ਨ ਸੀਗਾ ਉਹ ਬੇਸਿਕਲੀ ਸਟਰੀਟ ਕ੍ਰਾਈਮ, ਜਿਹੜੇ ਸਟਰੀਟ ਕ੍ਰਾਈਮ ਹੁੰਦੇ ਆ ਪੈਟੀ ਵਾਲੇ, ਜਿਹੜੇ ਮੌਕੇ 'ਤੇ ਓਪਨ ਏਰੀਆਜ਼ 'ਚ ਕੋਈ ਨਾ ਕੋਈ ਪਬਲਿਕ ਨਾਲ ਕੋਈ ਕ੍ਰਾਈਮ ਹੁੰਦਾ ਉਹਦੇ ਤਹਿਤ, ਉਹ ਜਿਹੜਾ ਪੁਆਇੰਟ ਆਫ ਸੇਲ ਡਰੱਗਸ ਹੁੰਦਾ ਉਹਦੇ ਐਂਗਲ ਤੋਂ ਸੀਗਾ ਅਤੇ ਸਾਡੀ ਕਾਫੀ ਰਿਕਵਰੀਜ਼ ਹੋਈਆਂ। ਅਰਾਊਂਡ 7 ਸਾਡੇ NDPS ਦੇ FIRs ਲੌਜ ਹੋਏ ਆ ਔਰ 2 ਐਕਸਾਈਜ਼ ਦੇ ਹੋਏ ਆ ਔਰ ਕਮਰਸ਼ੀਅਲ ਕੋਈ ਨਹੀਂ ਹੈ, ਬਟ ਸਾਡੀ ਐਕਸਾਈਜ਼ ਦੀ ਵੀ ਰਿਕਵਰੀ ਹੈ, NDPS ਦੀ ਵੀ ਹੈ। 2 ਅਸੀਂ PO ਫੜੇ ਆ ਕੱਲ੍ਹ, 2017 ਦਾ ਇੱਕ ਕੈਂਟ ਦਾ ਪਰਚਾ ਸੀਗਾ ਔਰ ਇੱਕ ਸਾਡੇ ਇਨਫੈਕਟ ਰਾਮਾ ਥਾਣੇ ਦਾ ਇੱਕ ਮਰਡਰ ਕੇਸ ਦੇ ਵੀ ਅਕਿਊਜ਼ ਕੱਲ੍ਹ ਫੜੇ। ਤੋ ਅੱਛੀ ਐਕਸਰਸਾਈਜ਼ ਰਹੀ ਕੱਲ੍ਹ। ਥੈਂਕ ਯੂ।